भ्रिष्टाचार के मामले में गिरफ्तार साधु सिंह धर्मसोत इस तो बाद वालों DFO गुर अमनप्रीत सिंह की गिरफ्तारी पा ली है। विजिलेंस वालों गुर अमनप्रीत सिंह अदालत में पेश किया गया। अदालत वालों उसे 3 दिन के पुलिस रिमांड पर भेज दिया गया है। इस गल की रिमांड की उन्होंने मांग की थी कि मिस्टर साधु सिंह धर्मसोत दियां जिहड़ियां प्रॉपर्टीज ने ते जिहड़े उन्हां दे बैंक अकाउंट्स ने उन्हां बारे वो पता कर। तो डिफेंस साइड तो साडी लीगल टीम का आर्गूमेंट सीगा भी सिंस ही इज़ अ लैजिस्लेचर वो 5 इलेक्शन लड़ चुके ने, किसी भी लैजिस्लेचर की जिहड़ी प्रॉपर्टी है जिहड़ियां बैंक अकाउंट डिटेल्स ने जदों इलेक्शन लड़दा एफीडेविट के नाल डिसकलोज़ की जाए ने ते डिटेल्स अटैच की जाए। इन्होंने गलों से इस जीडिया डॉक्यूमेंट्स ले मांगते क्रॉप डाउन करने पता करनी है। रिमांड इज नॉट वेल ये साडा आर्गूमेंट सी साडी लीगल। ਤਾਂ ਅੱਜ ਇੱਕ ਗੱਲ ਕਰ ਰਹੇ ਸੀ ਤੇ ਕਿਉਂ ਰਿਮਾਂਡ ਤੇ ਭੇਜਿਆ ਗਿਆ ਕਿਉਂਕਿ ਜਿਹੜੀ ਐਫਆਈਆਰ ਨੂੰ ਜਾਣਕਾਰੀ ਦੇ ਵਿੱਚ ਕਿਸ ਤਰ੍ਹਾਂ ਨਾਮ ਕੱਢ ਲਿਖੂ ਨਾਲੀ ਧਰਮਸੋਤ ਜੀ ਇੱਕ ਸਟੇਟਮੈਂਟ ਦੇ ਕੇ ਗਏ ਨੇ ਕਿ ਠੇਕੇਦਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰ। ਇਹ ਜਿਹੜਾ ਕੇਸ ਹੈ ਇਨੀਸ਼ੀਏਟ ਹੋਇਆ ਸੀ ਇੱਕ ਠੇਕੇਦਾਰ ਦੀ ਡਾਇਰੀ ਸਰ ਸਾਹਮਣੇ ਜੀ ਅੱਜ ਠੇਕੇਦਾਰ ਨੂੰ ਪੇਸ਼ ਕੀਤਾ ਗਿਆ ਐਫਆਈਆਰ ਨੰਬਰ 6 ਵਿੱਚ ਤੇ ਉਹਦੇ ਨਾਲ ਪੇਸ਼ ਕੀਤੇ ਗਏ ਨੇ DFO ਮਿਸਟਰ ਗੁਰਮਨ ਗੁਰਮਨ ਨੂੰ 7 ਨੰਬਰ ਜਿਹੜੀ ਐਫਆਈਆਰ ਰਜਿਸਟਰ ਮਿਸਟਰ ਸਾਧੂ ਸਿੰਘ ਧਰਮਸੋਤ ਨੇ ਉਸ 'ਚ ਉਹਨਾਂ ਦਾ ਰਿਮਾਂਡ ਹੋਇਆ ਅਪ ਟੂ 14। ਪਰ ਠੇਕੇਦਾਰ ਬਾਰੇ ਜੋ ਮਿਸਟਰ ਸਾਧੂ ਸਿੰਘ ਤੁਹਾਨੂੰ ਦੱਸ ਕੇ ਗਏ ਨੇ ਠੇਕੇਦਾਰ ਬਾਰੇ ਜਿਹੜੀ ਇਨਵੈਸਟੀਗੇਸ਼ਨ ਟੀਮ ਹੈ ਉਹ ਸਾਇਲੈਂਟ ਹੈ, ਨਾ ਉਹਨੂੰ 7 ਨੰਬਰ 'ਚ ਅਰੈਸਟ ਕੀਤਾ ਗਿਆ, ਨਾ ਉਹਦੇ 7 ਨੰਬਰ 'ਚ ਕੋਈ FIR ਵਿੱਚ ਕੋਈ 7 ਨੰਬਰ FIR 'ਚ ਨੋਮੀਨੇਸ਼ਨ। ਉਹਦੇ ਜਿਹੜਾ ਅੱਜ ਦੁਬਾਰਾ ਰਿਮਾਂਡ 'ਤੇ ਵੀ ਲਿਆਂਦਾ ਗਿਆ ਉਹਨੂੰ 6 ਨੰਬਰ FIR 'ਚ ਲੈ ਗਿਆ। ਹਾਲਾਂਕਿ ਦਿਸ ਕੇਸ ਇਜ਼ ਬੇਸਡ ਔਨ ਡਾਇਰੀ ਡਿਸਕਲੋਜ਼ਡ ਬਾਈ ਦਿਸ ਜੈਂਟਲਮੈਨ ਸਮਰ ਠੇਕੇਦਾਰ ਸਮਰ ਥੋੜਾ ਨੀਚੀ ਕਰ ਲਾ ਯਾਰ ਸੋ ਹੀ ਇਜ਼ ਨੋਵੇਅਰ ਨੋਮੀਨੇਟਡ ਐਜ਼ ਅਕਿਊਜ਼ਡ ਇਨ ਨੰਬਰ 6। ਕੀ ਤੁਸੀਂ ਅੱਜ ਡਾਇਰੀ ਦੀ ਗੱਲ ਕੀਤੀ ਕਿ ਇਸ ਡਾਇਰੀ ਨੂੰ ਲੈ ਕੇ ਕੋਈ ਨਾ ਕੋਈ ਬਿਕਾਜ਼ ਜਿਹੜਾ ਇਸ FIR ਦਾ ਬੇਸ ਸੀਗਾ ਉਹ ਸੀ ਡਾਇਰੀ ਤੇ ਲਾ